एमएलए कुलदीप वैद का भरा भारतीय जनता पार्टी दे विच शामिल हो चुका है। कुलदीप सिंह वैद कांग्रेस के विधायक ने, जिन्हां दे भरा सरबजीत सिंह वैद ने भारतीय जनता पार्टी का पल्ला फड़िया है। मीनाक्षी लेखी की अगवाई दे विच बीजेपी दे विच सरबजीत सिंह वैद शामिल होए। एमएलए गिल कुलदीप सिंह वैद के भरा बीजेपी दे विच शामिल हो चुके ने। कुलदीप सिंह वैद कांग्रेस नाल संबंधित रखते ने, पर उन्होंने भरा भारतीय जनता पार्टी के बेड़े विच सवार हो चुके हैं। अनमोल गुलाटी इस खबर से जानकारी दी सांझ पाउणगे। अनमोल, की जानकारी इस खबर ते हो जी? किशन देखो, अज काफी लोगों ने जिहड़े की भाजपा ज्वाइन की है, लेकिन उन्होंने विच एक शख्स इहो जिहे सीगे जिहड़े कहिंदे ने कि ओके सिटिंग एमएलए कांग्रेसी विधायक दे भरा ने, दे सीधे तौर ते गल कीती जावे, उन्हां दा कहना सीगा कि कुलदीप वैद दे भरा ने सरजीत सिंह वैद, ते उन्होंने अज भाजपा ज्वाइन की। साफ तौर ते उन्हां दा इह वी कहना सीगा कि जिहड़ी कांग्रेस कुलदीप सिंह वैद है वो अपने भरावां नूं हुण जिहड़े कि भुलदे जा रहे, ते नाल दे नाल उह सिर्फ उन्हां नूं अहमियत दिंदे ने जिन्हां दे कोल वड्डी गड्डियां ते वड्डी कोठियां ने। ते उत्थे वी जेकर गल कीती जावे सर असीं इक सिंपल बंदे हां जिहदे करके हुण प्रेफरेंस जिहड़ी है सानूं नहीं दित्ती जांदी, लेकिन उत्थे ही भाजपा दे विच इक जगह मिल रही है कि थल्लों लै के जिहड़ा की है हर वर्कर नूं जिहड़ा की है सपोर्ट कीता जांदा है। ते साफ तौर ते भाजपा ज्वाइन करके इह वी कहना सीगा कि पूरी कोशिश कीती जाऊगी कि किसी भी तरीके नाल कुलदीप वैद नूं अपने गिल हल्के तों हरवाया जावे। अनमोल, इस तरह दीआं सियासी फेर बदलां नूं देखिए किवें असीं? देखो, भरा कांग्रेसी विधायक दे होण ते बीजेपी च शामिल हो जांदे ने, सियासी टक्कर भरा नूं देणगे? बिल्कुल, क्योंकि जिस तरीके नाल पहलां वी असीं जरूर वेख्या कि इहो जिहे एग्जाम्पल सामणे आए जिथे कि इक परिवार दे विच इक सदस्य जिहड़ा कि उह कांग्रेस च है ते दूजा भाजपा जां अकाली दल दे विच शामिल हो जांदा है। ਇਹ ਤਮਾਮ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਇਸ਼ਾਰਾ ਕਰ ਰਹੀਆਂ ਕਿ ਇਸ ਵਾਰ ਜਿਹੜਾ ਕੀ ਹੈ ਇਲੈਕਸ਼ਨ। ਬਿਲਕੁਲ, ਸਾਡੇ ਨਾਲ ਖੁਦ ਕੁਲਦੀਪ ਸਿੰਘ ਵੈਦ ਜੁੜ ਚੁੱਕੇ ਨੇ। ਵੈਦ ਜੀ, ਤੁਹਾਡੇ ਭਰਾ ਸਰਬਜੀਤ ਵੈਦ ਬੀਜੇਪੀ ਚ ਗਏ ਨੇ, ਤੁਹਾਡਾ ਪਹਿਲਾ ਰਿਐਕਸ਼ਨ ਇਸ ਤੇ? ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਜੀ, ਮੇਰੇ ਇਹ ਤਾਇਆ ਜੀ ਦਾ ਲੜਕਾ ਆ, ਇਹ ਮੇਰਾ ਸਕਾ ਭਰਾ ਨਹੀਂ ਹੈ ਜੀ। ਸੋ ਇਸ ਕਰਕੇ ਸਾਡਾ ਉਹਨਾਂ ਦੇ ਕਿਤੇ ਪੋਲੀਟੀਕਲ ਪਾਰਟੀ ਕੋਈ ਜੁਆਇਨ ਕਰਨ ਜਾਂ ਨਾ ਕਰਨ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਮੈਂ ਦੁਬਾਰਾ ਸਾਰੇ ਲੋਕਾਂ ਨੂੰ ਦੱਸਦਿਆਂ ਤੁਹਾਡੇ ਥਰੂ ਕਿ ਮੇਰੇ ਤਾਇਆ ਜੀ ਦਾ ਬੇਟਾ ਹੈ। ਅੱਛਾ ਵੈਦ ਸਾਹਿਬ, ਕੋਈ ਫਰਕ ਪਏਗਾ ਕਿ ਪਰਿਵਾਰ ਦਾ? ਚਲੋ, ਇੱਕ ਜੀ ਬੀਜੇਪੀ ਚ ਗਿਆ ਹੈ, ਕੋਈ ਸਿਆਸੀ ਟੱਕਰ ਦੇਣ ਦੀ ਤਿਆਰੀ ਕਰ ਰਹੇ ਹੋਣ ਕਿਤੇ? ਨਾ ਜੀ, ਨਾ ਨਾ, ਬਿਲਕੁਲ 1% ਵੀ ਕੋਈ ਫਰਕ ਨਹੀਂ ਪੈਂਦਾ, 1% ਵੀ ਕੋਈ ਫਰਕ ਨਹੀਂ ਪੈਂਦਾ। ਅੱਛਾ ਵੈਦ ਸਾਹਿਬ, ਕਾਰਨ ਕੀ ਸਮਝਦੇ ਹੋ ਕਿ ਲਗਾਤਾਰ ਬੀਜੇਪੀ ਚ ਜੁਆਇਨਿੰਗਸ ਹੋ ਰਹੀਆਂ ਨੇ, ਬੀਜੇਪੀ ਦਾ ਸਾਲ ਭਰ ਵਿਰੋਧ ਰਿਹਾ? ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਕਲੀਅਰ ਕਰਦਿਆਂ ਜਿਹੜਾ ਬੰਦਾ ਵੀ ਕੋਈ ਜੁਆਇਨ ਕਰਦਾ ਪਹਿਲਾਂ ਉਹਦੇ ਬਾਰੇ ਉਹਦੇ ਕ੍ਰੈਡੈਂਸ਼ੀਅਲਸ ਬਾਰੇ ਜ਼ਰੂਰ ਚੈੱਕ ਕੀਤਾ ਜਾਵੇ ਜੀ। ਕੱਲਾ ਇਹੀ ਨਹੀਂ ਵੀ ਕਿਸੇ ਨੇ ਬੀਜੇਪੀ ਜੁਆਇਨ ਕਰ ਲਈ ਜਾਂ ਕਿਸੇ ਨੇ ਕਾਂਗਰਸ ਜੁਆਇਨ ਕਰ ਲਈ ਜਾਂ ਕਿਸੇ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਇਹੋ ਜਿਹਾ ਕੋਈ ਮਸਲਾ ਨਹੀਂ। ਐਂਡ ਕਾਂਗਰਸ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪਏਗਾ, ਕਾਂਗਰਸ ਦੀ ਸਰਕਾਰ ਬਣੇਗੀ, ਕੋਈ ਐਸਾ ਇਸ਼ੂ ਹੀ ਨਹੀਂ ਹੈ। ਵੈਦ ਜੀ, ਚਰਚਾਵਾਂ ਇਹ ਨੇ ਕਿ ਤੁਹਾਨੂੰ ਸਿਆਸੀ ਟੱਕਰ ਦਿੱਤੀ ਜਾ ਸਕਦੀ ਹੈ। ਕਾਹਦੀ ਸਿਆਸੀ ਟੱਕਰ ਦਿੱਤੀ ਜਾ ਸਕਦੀ ਹੈ? ਮੈਂ ਤੁਹਾਨੂੰ ਹੀ ਸਵਾਲ ਪੁੱਛ ਲੈਣਾ ਜੀ, ਮੇਰਾ ਆਪਣਾ ਏਜੰਡਾ, ਬੀਜੇਪੀ ਦਾ ਆਪਣਾ ਏਜੰਡਾ। ਮਤਲਬ ਕੋਈ ਫਰਕ ਨਹੀਂ ਪਏਗਾ? ਐਬਸੋਲੂਟਲੀ ਨੋ, ਬਿਲਕੁਲ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਚਲੋ, ਬਹੁਤ ਸ਼ੁਕਰੀਆ ਵੈਦ ਜੀ ਸਾਡੇ ਨਾਲ ਜੁੜਨ ਲਈ। ਸੋ ਕੁਲਦੀਪ ਸਿੰਘ ਵੈਦ ਕਾਂਗਰਸੀ ਵਿਧਾਇਕ ਨੇ ਸਪਸ਼ਟ ਕੀਤਾ ਹੈ ਕਿ ਮੇਰਾ ਸਕਾ ਭਰਾ ਸਰਬਜੀਤ ਸਿੰਘ ਵੈਦ ਨਹੀਂ ਹੈ, ਬਲਕਿ ਉਹਨਾਂ ਦੇ ਤਾਇਆ ਜੀ ਦਾ ਬੇਟਾ ਹੈ। ਪਰ ਕੁਲਦੀਪ ਵੈਦ ਕਹਿ ਰਹੇ ਨੇ ਕਿ ਕੋਈ ਫਰਕ ਨਹੀਂ ਪੈਂਦਾ, ਬੀਜੇਪੀ 'ਚ ਜਾਂਦਾ ਕੋਈ ਕਿਹੜੀ ਪਾਰਟੀ 'ਚ ਜਾਂਦਾ, ਪਰ ਕ੍ਰੈਡੈਂਸ਼ੀਅਲਸ ਜਿਹੜੇ ਉਹ ਚੈੱਕ ਕਰ ਲੈਣੇ ਚਾਹੀਦੇ ਹੈ ਕਿ ਬੰਦੇ ਦੀ ਕਾਬਲੀਅਤ ਹੈ ਕੀ ਹੈ। ਪਰ ਸਭ ਤੋਂ ਅਹਿਮ ਸਵਾਲ ਦੱਸ ਦਈਏ ਕਿ ਕੁਲਦੀਪ ਸਿੰਘ ਵੈਦ ਦੇ ਤਾਏ ਦੇ ਪੁੱਤ ਨੇ ਬੀਜੇਪੀ ਜੁਆਇਨ ਕੀਤੀ ਹੈ।